बिस्मिल्लाह रहमान रहीम जी, अज असी अपने दर्शकों वास्ते अजिहे बजुर्गों नाल हाज़र हाँ, बल्कि इन्हां बजुर्गों नूं असी बड़ी पुछ प्रतीत करके बड़े लोगों को पुछ पछा के अज इन्हां तक असी पहुँचे हाँ अपने हाँ। वो इस तरह के साडा भाई इकबाल होना नाल तल्लक आ, दोस्ती आ। उन्होंने साड़ियाँ कुछ वीडियो इंटरव्यूज़ दियाँ देखिया सीगियाँ। उन्होंने तल्लक हैगा जी पिंड मियाँ वाली राइयाँ वाला, इंडिया दे विच पिंड है। तो उन्होंने बेनती की सी कि कोई एहोजे बजुर्ग जिहड़े साडे पिंड उठ के गए होण उन्हों का तुसी इंटरव्यू करना, तो अज असी उन्होंने बजुर्गों के नाल हाज़र हाँ। और इंशाल्लाह उम्मीद है कि अज का इंटरव्यू बहुत ही शानदार रहेगा और तुहानू दर्शकों वो इंटरव्यू देखण दा सुणन दा फुल मज़ा आएगा जी। अस्सलाम वालेकुम बुजुर्गो। वालेकुम सलाम, की हाल चाल है जी? ठीक ठाक हो? ठीक है। अच्छा बुजुर्गो, अपना नाम की है जी? मेरा नाम मुख्तार। मुख्तार बुजुर्गो, तुहाडे वालिद साहब का की नाम सी? खैरदीन। खैरदीन, तुहाडा नाम मुख्तार, तुहाडे वालिद साहब का खैरदीन नाम सी। अपना पिंड इंडिया दे विच मियाँवाल, मियाँवाल, मियाँवाल राइयाँ वाला, राइयाँ वाला, मियाँवाल राइयाँ वाला, तहसील नकोदर जिला जलंधर। हुण तां तहसील शाहकोट हो गई है, नवी जिहड़ी तहसील आ ओह शाहकोट आ, पहलो नकोदर सी तुहाडे जमाने। साडे असीं उत्थे सीगे, नकोदर सी। अच्छा, अपना बजुर्गो दस सकदे वी आले दुआले दे होर किहड़े किहड़े पिंड सीगे? हाँ जी, जिस वेले असीं है ना खैरियां नूं पए आ, हाँ जी, लागे खानपुर सीगा छोटा जिहा पिंड। अच्छा जी, ਉਹ ਸਿੱਖ ਖੈਰਿਆਂ ਦੇ ਉਹਨਾਂ ਨੂੰ ਲੁੱਟਣ ਖੋਹਣ ਲੱਗ ਪਿਆ। ਹਾਂਜੀ, ਉਹ ਉੱਠ ਕੇ ਆ ਗਿਆ ਸਾਡੇ ਪਿੰਡ। ਅੱਛਾ ਜੀ, ਜਿਸ ਵੇਲੇ ਆ ਗਿਆ ਤਾਂ ਕਿਤੇ ਨਿਆਣੇ ਤੁਰੇ ਫਿਰਦੇ ਆ, ਹਾਂਜੀ, ਅਤੇ ਕਿਤੇ ਮਾਲ ਤੁਰਿਆ ਫਿਰਦਾ। ਉਹ ਜਿਹੜਾ ਸਾਡਾ ਅਸਲਮ ਸੀਗਾ ਨਾ, ਹਾਂਜੀ, ਸਾਡਾ ਚੌਧਰੀ, ਚੌਧਰੀ ਅਸਲਮ, ਹਾਂਜੀ, ਤਹਿਸੀਲਦਾਰ ਦਾ ਪੁੱਤ ਸੀਗਾ, ਤਾਂ ਦੋ ਤਿੰਨ ਵਾਰੀ ਮੈਂਬਰ ਵੀ ਹੋਇਆ ਸੀ। ਅੱਛਾ ਜੀ, ਉਹ ਘੋੜੀ 'ਤੇ ਬੈਠਾ, ਘੋੜੀ ਬਹੁਤ ਹਾਲ ਦੀ ਰੱਖਦਾ ਸੀ। ਅੱਛਾ ਜੀ, ਘੋੜੀ 'ਤੇ ਬੈਠਾ ਖੈਰਿਆਂ 'ਚ ਗਿਆ, ਉਹ ਸਿੱਖ ਸਾਰੇ ਆਲੇ ਦੁਆਲੇ ਹੋ ਗਏ। ਜਿਸ ਵੇਲੇ ਆਲੇ ਦੁਆਲੇ ਹੋ ਗਏ ਨਾ, ਤਾਂ ਆਹ ਜਿਹੜੇ ਭਰਾਈ ਆ, ਹਾਂਜੀ, ਇਹਨਾਂ ਦੇ ਮਾਮੇ ਸੀਗੇ ਚਾਰ ਭਰਾ। ਅੱਛਾ ਜੀ, ਉਹ ਕਹਿਣ ਲੱਗੇ ਚਾਰ ਦਿਨ ਪਾਣੀ ਪੁਣੀ ਵੀ ਪਾਇਆ? ਸਹੀ। ਹਾਂਜੀ, ਕਹਿੰਦੇ ਨਹੀਂ, ਕਹਿੰਦੇ ਪਹਿਲਾਂ ਹਟੋ ਵਿਚਾਰੇ ਨੂੰ ਪਾਣੀ ਪਿਲਾਉਣਗੇ। ਉਹਨਾਂ ਨੇ ਕੰਨ 'ਚ ਆਵਾਜ਼ ਦਿੱਤੀ, ਚੱਲ ਜੀ ਜਾਨ ਬਚਾ। ਸਹੀ। ਉਹਨੇ ਘੋੜੀ ਨੂੰ ਅੱਡੀ ਮਾਰੀ, ਅੱਡੀ ਮਾਰ ਕੇ ਤਾਂ ਆ ਗਿਆ ਪਿੰਡ ਆਣ ਕੇ ਨਗਾਰਾ, ਉਹਦੇ ਨਗਾਰੇ ਸੀਗੇ, ਨਗਾਰੇ ਵੱਜਦੇ ਸੀ ਢੋਲ, ਹਾਂ, ਨਗਾਰੇ ਖੜਕਾ ਦਿੱਤਾ ਮਸੀਤੇ। ਫਿਰ ਜਿਹੜੇ ਆ ਆਲੇ ਦੁਆਲੇ ਦੇ ਪਿੰਡ ਸੀਗੇ ਸਾਰੇ ਸਾਰੇ ਇਕੱਠੇ ਹੋ ਗਏ, ਇਕੱਠੇ ਹੋ ਕੇ ਖਹਿ ਜਾਣ ਪਏ। ਗੱਡੀਓ ਗੱਡੀ ਦੀ ਲਾਈਨ ਤੋਂ ਪਾਰ ਉਹ ਖੜੇ ਆ, ਉਹਦੇ ਪਾਸੇ ਇਹ ਆ, ਹਾਂਜੀ, ਅਤੇ ਅਸੀਂ ਸੀਗੇ 10-12 ਸਾਲਾਂ ਦਾ ਸੀਗਾ ਮੈਂ। ਅੱਛਾ, ਅਸੀਂ ਬੱਚਿਆਂ ਦੇ ਨਾਲ, ਟੋਕਾ ਮੇਰੇ ਹੱਥ 'ਚ। ਅੱਛਾ ਜੀ, ਅਸੀਂ ਉਹ ਚੌਧਰੀ ਕਹਿਣ ਲੱਗਾ ਸ਼ਾਇਦ ਜੇ ਆ ਜਾਣ, ਗਲੀਆਂ ਛੋਟੀਆਂ ਹੁੰਦੀਆਂ ਸੀ, ਤਾਂ ਬਈ ਇੱਟ ਬਨੇਰੇ ਪੱਟ ਕੇ ਇੱਟਾਂ ਸਿਰ 'ਚ ਮਾਰਿਓ। ਠੀਕ, ਤਾਂ ਅੱਲਾ ਨੇ ਕੀਤਾ ਤਾਂ 7 ਪਿੰਡ ਫੂਕ ਕੇ ਮੁੜਿਆ ਸ਼ਾਮ ਨੂੰ। ਖੈਰਿਆਂ ਦੇ ਵਿੱਚੋਂ ਤਾਂ ਬੱਚਾ ਨਹੀਂ ਉਹ ਭਾਜੀ ਦਿੱਤਾ ਇੱਕ ਵੀ ਨਿਕਲਣਾ, ਕੁਆੜੀ ਗਾਇਆ ਉੱਥੋਂ ਟਾਵਾਂ ਟਾਵਾਂ ਬੰਨਾ, ਪਰ ਜਾਣੀਆਂ ਲਸੂੜੀ 7 ਪਿੰਡ ਹੈ ਨਾ। ਸ਼ਾਮ ਨੂੰ ਜਿਸ ਵੇਲੇ ਉਹਦੇ ਸ਼ਾਹਕੋਟ ਥਾਣੇਦਾਰ ਸੀਗਾ, ਅੱਛਾ, ਮੁਸਲਮਾਨ, ਉਹਦਾ ਰੋਕਾ ਚਲਾ ਗਿਆ, ਠੀਕ, ਵੀ ਅਸਲਮ ਆਪਦਾ ਪਿੰਡ ਲੈ ਕੇ ਨਿਕਲ ਜਾਏ, ਠੀਕ, ਮਿੰਟਰੀ ਪੈਂਦੀ ਹੈ ਉਹਦੇ ਨਾਲ, ਰਹਿੰਦੇ ਬੰਨੇ ਸਿੱਖ ਸਾਨੂੰ ਉਦੋਂ ਐਲਾਨ ਹੋਣ ਲੱਗ ਪਏ ਹੋਣੇ ਆ ਵੀ ਮਤਲਬ ਦੋ ਮੁਲਕ ਬਣ ਗਏ ਲਹਿਦਾ 'ਤੇ, ਤਾਂ ਉੱਧਰੋਂ ਰਹਿੰਦੇ ਬੰਨੇ ਉਹਨੇ ਸਾਨੂੰ ਸਿੱਖ ਫੇਰ ਪੈ ਗਿਆ। ਅੱਛਾ, ਫੇਰ ਉੱਥੇ ਆ ਨਾ ਉਹਦੇ ਮਾਮੇ ਦੇ ਪੁੱਤ ਇੱਧਰ ਬੰਨੇ ਲਹਿੰਦੇ ਬੰਨੇ, ਲਹਿੰਦੇ ਬੰਨੇ ਨੂੰ ਕਿਹੜਾ ਪਿੰਡ ਕਿਹੜਾ ਸੀ? ਲਹਿੰਦੇ ਬੰਨੇ ਖਹਿਰੇ, ਘੁਆੜਾਂ, ਜਾਣੀਆਂ, ਲਸੂੜੀ, ਇੱਦਾਂ ਪਰੇ ਹੋਰ ਬਹੁਤ ਪਿੰਡ ਸੀਗੇ। ਠੀਕ ਠੀਕ, ਤਾਂ ਇਹਦੇ ਮਾਮੇ ਦੇ ਪੁੱਤ ਸੀਗੇ ਢਾਬੇ ਤੋਂ ਆਉਂਦੇ ਹੀ ਇੱਧਰਲੇ ਬੰਨੇ ਖੂਹ, ਉਹ ਮਰ ਗਏ ਅਸਲਮ ਦੇ। ਸਹੀ, ਜਿਸ ਵੇਲੇ ਉਹ ਮਰ ਗਏ ਨਾ, ਫਿਰ ਪਤਾ ਨਹੀਂ ਵੀ ਉੱਥੇ ਕਿੰਨਾ ਕੁ ਵਡਾਂਗਾ ਹੋਇਆ। ਅੱਛਾ, ਹਾਂਜੀ, ਫਿਰ ਕੋਈ ਅੰਤ ਨਹੀਂ, ਫਿਰ ਉਹ ਭਾਜ ਖਾ ਗਿਆ, ਠੀਕ, ਦਿਨ ਚੜ੍ਹਦੇ ਨੇ ਪਿੰਡ ਵਿਹਲਾ। ਸਾਡੇ ਇੱਥੇ ਹੈ ਨਾ ਸ਼ਾਹਕੋਟ, ਹਾਂਜੀ, ਤਾਜੀਏ ਲੱਗਦੇ ਸੀਗੇ। ਅੱਛਾ, ਬਹੁਤ ਜਗ੍ਹਾ ਬਹੁਤ ਜ਼ਿਆਦਾ ਖੁੱਲ੍ਹੀ ਸੀਗੀ, ਉੱਥੇ ਚਲੇ ਗਏ।
ਇੱਦਾਂ ਟੋਪੀ ਨਾਲ ਝੱਲ ਮਾਰਦਾ ਤਾਂ ਥਾਣੇ ਫੈਲ ਹੁੰਦੇ ਆ। ਕਹਿੰਦਾ ਲੋਕੋ ਕੋਈ ਡਰਿਓ ਨਾ, ਐਵੇਂ ਫੋਕੇ ਫੈਲ ਹੁੰਦੇ ਆ ਤਾਂ ਆਪ ਇੱਦਾਂ ਝੱਲ ਮਾਰਦਾ। ਤਾਂ ਨੋਕੋ ਜੋ ਸੀਗਾ ਜਿਹੜਾ ਨਾ, ਉਹਨੂੰ ਕਹਿੰਦਾ ਜਾ ਮੀਏ ਨੂੰ ਲਾਇਆ ਕਰੋ। ਉਹ ਘਰੋਂ ਆਉਂਦਾ ਨਹੀਂ ਸੀ। ਉਹ ਜਿਸ ਵੇਲੇ ਇੱਦਾਂ ਹੋਈ ਤਾਂ ਸ਼ਾਮ ਨੂੰ ਨਾ ਜਿਹੜਾ ਧਰਮ ਦਾ ਭਰਾ ਸਿੱਖ ਬਣਿਆ ਸੀ ਉਹਨੇ ਰੁਕਾ ਘੱਲਿਆ। ਉਹਨੇ ਜਿਸ ਵੇਲੇ ਰੁਕਾ ਘੱਲਿਆ ਨਾ, ਵਿੱਚ ਠੰਡਾ ਸਾਦਾ ਘੋੜੀ 'ਤੇ ਬੈਠਾ ਗਿਆ। ਉਹ ਠੰਡਾ ਨੇ ਬਹੁਤ ਅੱਖਾਂ ਨੱਪੀਆਂ, ਇੱਦਾਂ ਹੀ ਸੀਗਾ ਸਮਝ ਲੈ ਠਾਣਾ ਮੂੰਹ ਸੀਗਾ ਤਾਂ ਇੱਧਰ ਨੂੰ ਪਛਾਣੀ ਤਾਂ ਉਹਨੂੰ ਠੰਡਾ ਨੇ ਬਹੁਤ ਅੱਖਾਂ ਨੱਪੀਆਂ ਵੀ ਜਾਨ ਬਚਾ ਅੱਜ ਚਲਾ ਗਿਆ ਘੋੜੀ ਦੇ ਤਕੜਾ ਪਕੜਾ ਕਰਦਾ। ਜਾ ਕੇ ਉਹਨੂੰ ਪੁੱਛਦਾ ਕੀ ਗੱਲ ਚੱਲ ਰਹੀ, ਉਹ ਕਹਿੰਦਾ ਕੰਜਰਾ ਮੈਂ ਤੈਨੂੰ ਕਦੋਂ ਛੱਡਿਆ, ਤੂੰ ਆਪਦੀ ਜਾਨ ਬਚਾ। ਉੱਥੋਂ ਮੁੜਿਆ, ਮੁੜ ਕੇ ਜੇਲ੍ਹ ਦੇ ਮਗਰ ਦੀ ਹੋਇਆ, ਮਗਰ ਮਿਲੀ ਗਿਆ ਝੂਠਾ ਹੀ ਕਿਸੇ ਨੇ ਖਾਤਕ ਲਾਤਾ ਸੀ। ਹਾਂ ਤਾਂ ਜੇਲ੍ਹ ਦੇ ਪਿੱਛੇ ਨਹੀਂ ਹੋਇਆ, ਜਿਸ ਵੇਲੇ ਮਗਰ ਬੈਠੇ ਮਿਲੀ ਗਿਆ, ਪਹਿਲੀ ਗੋਲੀ ਵੱਜੀ ਆ ਉਹਨਾਂ ਨਹੀਂ ਲੱਗਾ, ਇਹ ਵੱਜੀ ਆ। ਫਿਰ ਜੇ ਪਿਆ ਉਹਨਾਂ ਕਿਰਪਾਨ ਮਾਰੀ ਧੌਣ ਗਿਰੀ ਕਰ ਦਿੱਤੀ। ਹਾਂਜੀ ਫਿਰ ਆ ਮੁੱਠਾਂ ਮੁੱਠੀਆਂ ਗਈਆਂ ਵੀ ਹੁਣ ਬੱਚਾ ਨਹੀਂ ਬਚਣਾ ਇੱਕ, ਕਿਉਂ ਹੁਣ ਇਹੋ ਸਾਡੇ ਤਾਂ ਚੌਲ ਨਹੀਂ ਸੀਗਾ। ਤਾਂ ਫਿਰ ਐਲਾਨ ਹੋ ਗਿਆ ਉੱਥੇ ਵੀ ਇੱਥੋਂ ਉੱਠ ਖੜੇ ਪੱਡੀ ਚਲੇ ਜਾਓ। ਸਾਰੀ ਰਾਤ ਅਸਰ ਵੇਲੇ ਅਸਰ ਵੇਲੇ ਦਿਨ ਦੇ ਤੁਰ ਕੇ ਸਾਰੀ ਪੱਡੀਆਂ ਜਾਂ ਸਹੀ ਹੈ ਨਾ, 6 ਵਾਰੀ ਦਿਹਾੜੀ 'ਚ ਫਿਰਿਆ ਹੀ ਆ ਪੱਡੀਆਂ ਨਾ ਆਉਣ। ਅਗਲੇ ਦਿਨ ਇਸ ਵੇਲੇ ਜਾ ਕੇ ਪੱਡੀ ਬੜੇ, ਜਿਸ ਵੇਲੇ ਪੱਡੀ ਮਿਲੇ ਫਿਰ ਉੱਥੇ ਜਾਂਦਾ ਪੰਜ ਸੱਤ ਦਿਨ ਉੱਥੇ ਫਿਰ ਨਕੋਦਰ ਆ ਗਿਆ। ਹੋਰ ਜਿਹੜੀ ਗੱਲ ਭਾਈ ਪੁੱਛਣੀ ਅਤੇ ਉੱਥੋਂ ਥੋੜ੍ਹਾ ਜਿਹਾ ਮੈਂ ਅਸਲ 'ਚ ਸ਼ੁਰੂ 'ਚੋਂ ਜਾਣਨਾ ਚਾਹੁੰਦਾ ਸੀ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਸੀ ਕਿ ਉੱਥੇ ਆਪਣਾ ਡਾਕਖਾਨਾ ਕਿਹੜਾ ਸੀ? ਡਾਕਖਾਨਾ ਖਾਸ ਹੀ ਸੀ। ਡਾਕਖਾਨਾ ਖਾਸ ਸ਼ਾਹਕੋਟ ਦਾ ਸੀ ਜਾਂ ਨਕੋਤਰ ਦਾ ਸੀ? ਉਦੋਂ ਤਹਿਸੀਲ ਨਕੋਦਰ ਦਾ। ਅੱਛਾ, ਤਹਿਸੀਲ ਨਕੋਦਰ ਦਾ ਸੀਗਾ। ਅਤੇ ਉਹ ਆਪਣਾ ਇਲਾਕਾ ਸੀਗਾ ਕਿਸ ਤਰ੍ਹਾਂ ਦਾ, ਜ਼ਮੀਨ ਦੇ ਹਿਸਾਬ ਨਾਲ, ਪਾਣੀ ਦੇ ਹਿਸਾਬ ਨਾਲ? ਚੰਗਾ ਸੀ, ਬਹੁਤ ਵਧੀਆ ਸੀ। ਤੇ ਬਰਾਦਰੀ ਜ਼ਿਆਦਾਤਰ ਉੱਥੇ ਕਿਹੜੀ ਬੈਠੀ ਸੀ ਤੁਹਾਡੇ ਪਿੰਡ? ਸਾਡਾ ਪਿੰਡ ਸਾਰਾ ਰਾਈਆਂ ਦਾ। ਸਾਰਾ ਪਿੰਡ ਹੀ ਰਾਈਆਂ ਦਾ ਸੀਗਾ, ਤੁਸੀਂ ਵੀ ਰਾਈ ਹੋ? ਅਸੀਂ ਵੀ ਰਾਈ ਹਾਂ। ਤਾਂ ਜਿਹੜੇ 10-20 ਘਰ ਸੀਗੇ ਚੂੜਿਆਂ ਦੇ, ਹਾਂਜੀ, ਉਹ ਮੇਰੇ ਬਾਹਰ ਮੈਂ ਬਾਹਰ ਹੀ ਸੀਗੇ, ਬਾਹਰ ਹੀ ਰਹਿੰਦੇ ਸੀਗੇ, ਬੇਜ਼ਮੀਨੇ ਹੋਣੇ ਬਾਹਰ ਸੀਗੇ ਲਹਿੰਦੇ ਬੰਨੇ। ਸਹੀ। ਅਤੇ ਫਿਰ ਜਦੋਂ ਚੌਧਰੀ ਅਸਲਮ ਦਾ ਇੰਜ ਸ਼ਹੀਦ ਹੋ ਗਿਆ, ਹਾਂਜੀ, ਅਤੇ ਤੁਸੀਂ ਸਾਰਾ ਲਾਣਾ ਪੂਰਾ ਟੱਬਰ ਕਿੱਦਾਂ ਉੱਠੇ, ਰਾਹ 'ਚ ਕੀ ਕੀ ਮੁਸ਼ਕਲਾਂ ਆਈਆਂ, ਜਰਾ ਸਾਂਝੀਆਂ ਕਰ ਸਕਦੇ ਹੋ, ਦੱਸ ਸਕਦੇ? ਉਹ ਤਾਂ ਤੁਹਾਨੂੰ ਮੈਂ ਦੱਸਿਆ ਸੀ, ਅਸੀਂ ਆਏ ਹਾਂ ਇੱਥੇ, ਪੜਦੀਆਂ ਆਏ ਹਾਂ। ਫਿਰ ਜਿਸ ਵੇਲੇ ਉਹ ਮਾਰਿਆ ਗਿਆ ਨਾ, ਹਾਂਜੀ, ਫਿਰ ਅਸੀਂ ਅੱਜ ਆਏ ਹਾਂ ਪੜਦੀ, ਪੜਦੀਆਂ ਜਾਣ ਕੇ ਰਹਿ 4-5 ਦਿਨ, ਫਿਰ ਆ ਗਏ ਨਕੋਦਰ। ਅੱਛਾ। ਹਾਂਜੀ, ਨਕੋਦਰ ਆਣ ਕੇ ਤਾਂ ਫਿਰ ਅਸੀਂ ਹੈ ਨਾ, ਕੈਂਪ ਸੀਗਾ ਉੱਥੇ? ਹਾਂ, ਕੈਂਪ ਕੈਂਪ ਸੀ। ਹਾਂ, ਇੱਕ ਮੁੰਡਾ ਸੀਗਾ ਸਾਡਾ ਫੌਜ ਦੇ ਵਿੱਚ, ਉਹ ਉਦੋਂ ਨੂੰ ਗੱਡੀਆਂ ਗਈਆਂ 17-18। ਅੱਛਾ ਜੀ। ਉਹਨਾਂ ਦੇ ਵਿੱਚ ਅਸੀਂ ਜੀ ਸਾਰੇ, ਗੱਡੀਆਂ ਟਰੱਕ? ਹਾਂ, ਗੱਡੀਆਂ ਸੀਗੀਆਂ ਦੂਜੀਆਂ, ਉਹਨਾਂ ਦੇ ਵਿੱਚ ਫਿਰ ਅਸੀਂ ਬਹਿ ਕੇ ਆਏ ਹਾਂ। ਅੱਛਾ। ਕੁਛ ਸਮਾਨ ਕੋਈ ਨਹੀਂ ਰੱਖਣ ਦਿੱਤਾ, ਵੱਡੇ ਵੱਡੇ ਸਾਡੇ ਰਹਿ ਗਿਆ ਸੀ ਗੱਡਾ ਦੇ, ਥੋੜ੍ਹਾ ਬਹੁਤ ਸਮਾਨ ਬਸ। ਆਹੋ, ਉਹ ਗੱਡੀਆਂ 'ਤੇ ਸੀਗਾ ਉਹ ਬਈ, ਉਹ ਸਰਬਤ ਜਿਹੜਾ ਨਾ ਮੁੰਡਾ ਮਾਲ, ਉਹਨਾਂ ਦੇ ਗੱਡੇ 'ਤੇ ਫਿਰ ਸਾਡਾ ਪੇਟ ਰੱਖਿਆ। ਅੱਛਾ। ਅਸੀਂ ਪਹਿਲਾਂ ਆ ਗਿਆ ਸੀ, ਬੈਠੇ ਹੀ ਖੱਚਰੀ। ਅੱਛਾ ਅੱਛਾ। ਹਾਂਜੀ, ਤੁਸੀਂ ਪਹਿਲਾਂ ਹੀ ਆ ਗਏ ਸੀ? ਹਾਂ। ਲਾਹੌਰ ਕੈਂਪ 'ਚ ਰਹਿ ਕੇ ਆਏ ਜਾਂ ਫਿਰ ਡਾਇਰੈਕਟ ਲਾਹੌਰ? ਅਸੀਂ ਬਾਲਟਾ ਸਕੂਲ 'ਚ ਰਹੇ ਹਾਂ। ਅੱਛਾ ਅੱਛਾ। 15-14 ਫਿਰ ਇੱਥੇ ਤੁਸੀਂ ਕਿੱਦਾਂ ਪਹੁੰਚੇ? ਕੋਈ ਜਾਣੂ ਸੀਗੇ ਇੱਥੇ, ਜਾਣਨ ਵਾਲੇ ਸੀਗੇ? ਇੱਥੇ ਜਾਣੂ ਸੀਗੇ, ਸਾਡੀ ਫੁੱਫੀ ਸੀ ਭਾਗ। ਇਹ ਕਿਹੜਾ ਪਿੰਡ ਆ ਜਿੱਥੇ ਤੁਸੀਂ ਬੈਠੇ? ਕਾਲੇ ਕੀ। ਇਹ ਕਾਲੇ ਕੀ ਪਿੰਡ ਆ, ਤਹਿਸੀਲ ਇਹਦੀ ਕਿਹੜੀ ਆ? ਇਹ ਤਹਿਸੀਲ ਸੀਗੀ ਕੁੜੀ ਦਾ ਟੋਭਾ। ਟੋਭਾ ਸੀਗੀ ਤਹਿਸੀਲ, ਹੁਣ ਤਾਂ ਟੋਭਾ ਜ਼ਿਲ੍ਹਾ ਬਣ ਗਿਆ, ਤਹਿਸੀਲ ਤਾਂ ਗੋਜਰਾ ਲੱਗਦੀ ਹੋਣੀ ਤੁਹਾਨੂੰ। ਗੋਜਰਾ। ਸਹੀ। ਅਤੇ ਫਿਰ ਜਦੋਂ ਤੁਸੀਂ ਇਸ ਪਿੰਡ 'ਚ ਆਇਆ, ਤੁਸੀਂ ਦੱਸਿਆ ਵੀ ਕੁਛ ਖੱਤਰੀ ਬੈਠੇ ਸੀਗੇ ਉਦੋਂ? ਇੱਥੇ ਨਹੀਂ ਸੀ ਬੈਠਾ, ਉੱਥੇ ਨਾਲ ਗੱਗੋ ਮਾਂ ਗੋਜਰੇ ਜਦੋਂ ਆਣ ਕੇ ਉਤਰੇ ਹੈ ਨਾ, ਹਾਂਜੀ, 5 ਰੁਪਈਆਂ ਦੇ ਛੋਲੇ ਭੁੱਜੇ ਲਏ ਆ। ਸਾਡੀ ਮਾਂ ਦੀਆਂ ਅੱਖਾਂ ਨਾ ਦੁਖਦੀਆਂ ਸੀ, ਇੱਕਾਂ ਜੋੜਾਂ ਹੀ ਦਰਦਾਂ ਸੀਗੀਆਂ। ਅੱਛਾ। ਉਹ ਤੁਰ ਨਹੀਂ ਸੀ ਸਕਦੀ। ਅੱਛਾ। ਸਾਡੇ ਤੋਂ ਵੱਡਾ ਜਿਹੜਾ ਸੀਗਾ ਨਾ ਭਰਾ, ਹਾਂਜੀ, ਉਹ
ਜਾਣਦਾ ਸੀਗਾ ਸਾਡੀ ਫੁੱਫੀ ਦਾ ਰਿਸ਼ਤੇਦਾਰ ਹੀ ਸੀ ਵਿੱਚੋਂ ਸਹੀ 44 ਠੀਕ ਉਹ ਉਹਦੀ ਆਰਟਿਸਟ ਦੀ ਦੁਕਾਨ ਸੀ ਗੁਲਾਮ ਦੀ ਅੱਛਾ ਜੀ ਹਾਂਜੀ ਗੁਲਾਮ ਬੋਰਡ ਵਾਲਾ ਜਾਣਦੇ ਹੋਣੇ ਹਾਂਜੀ ਉਹਦੀ ਦੁਕਾਨ 'ਤੇ ਗਿਆ ਤਾਂ ਉਹ ਦੁਕਾਨਾਂ ਲੱਗੀ ਹੋਈਆਂ ਅੱਛਾ ਜੀ ਤਾਂ ਬਾਜ਼ਾਰ 'ਚ ਗਿਆ ਅਤੇ ਖੱਸੀ ਜੀ ਆਪਦੀਆਂ ਦੁਕਾਨਾਂ 'ਚ ਬੈਠੇ ਅੱਜ 3 ਟੱਬਰ ਸੀਗੇ 50 ਰੁਪਈਆਂ ਦੇ ਛੋਲੇ ਭੁੱਜੇ ਹੋਏ ਇੰਨੇ ਬੜੇ ਆਏ ਸਹੀ ਉਹ ਸਾਰਿਆਂ ਨੂੰ ਲੱਭ ਲੱਭ ਦੇ ਸੀ ਸਹੀ ਫਿਰ ਉਸ ਰਾਏ ਅਸੀਂ ਉਹ ਚਵਿੰਡੇਲ ਦੀ ਆਏ ਚਵਿੰਡੇਲ ਦੀ ਆਏ ਤੁਸੀਂ ਇੱਥੇ ਆ ਕੇ ਬੈਠੇ ਜ਼ਮੀਨ ਕਿੰਨੀ ਛੱਡ ਕੇ ਆਏ ਸੀ ਉੱਥੇ ਉੱਥੇ ਜ਼ਮੀਨ ਸੀਗੀ ਸਾਡੀ ਇੱਕ ਖੂਹ ਸੀਗਾ ਪਾਲਲਾ ਵੱਜਦਾ ਅੱਛਾ ਦਰਿਆ ਦੇ ਬੁੱਢੇ ਦਰਿਆ ਦੇ ਕੰਢੇ ਦਰਿਆ ਦੇ ਕੰਢੇ ਉੱਥੇ ਸੀਗਾ ਸਾਡਾ ਚੀਜ਼ ਅੱਛਾ ਅੱਛਾ ਜ਼ਮੀਨ ਸਾਡੀ ਸਾਢੇ 4 ਮਾਂ ਸੀ ਉਹ ਮੀਨੇ ਨੇ ਨਾ ਮਾਰੂ ਲਿਖਵਾਈ ਹੋਈ ਸੀ ਅੱਛਾ ਮਾਮਲੇ ਨਹੀਂ ਸੀ ਬਣਦੇ ਅਸਲਮ ਨੇ ਸੀਗਾ ਨਾਲ ਦੇ ਆਜ ਉਹ ਕਹਿਣ ਲੱਗਾ ਬਈ ਬਿਜਲ ਬੰਦੋਬਸਤ ਹੋਣ ਲੱਗੂਗਾ ਇਹ ਪਤਾ ਸੀਗਾ ਵੀ ਇੱਦਾਂ ਹੋ ਬਸ ਉਹ ਲੋਕ ਖਾਮ ਖਿਆਲੀਆਂ ਦੇ ਵਿੱਚ ਸੀਗੇ ਪਤਾ ਨਹੀਂ ਸੀਗਾ ਪੱਕਾ ਕਿਸੇ ਨੂੰ ਵੀ ਇੱਥੋਂ ਜਾਣਾ ਪੈਣਾ ਸਾਨੂੰ ਛੱਡਣਾ ਪੈਣਾ ਹੈ ਇਹ ਮੁਲਕ ਏ ਦੇਸ਼ ਅਤੇ ਫਿਰ ਇਸ ਤਰ੍ਹਾਂ ਕਰਕੇ ਫਿਰ ਇੱਥੇ ਆ ਕੇ ਤੁਹਾਡੀ ਜ਼ਮੀਨ ਨੰਬਰਾਂ ਨਾਲ ਪਈ ਫਿਰ ਅਸੀਂ ਅੱਜ ਉੱਥੇ ਰਹੇ ਹਾਂ 44 ਮਹੀਨਾ ਦੇ 2 ਮਹੀਨੇ ਅੱਛਾ 44 ਵੀ ਰਹੇ ਤੁਸੀਂ 2 ਮਹੀਨੇ ਰਹੇ ਹਾਂ ਸਿੱਖ ਆਉਂਦੇ ਰਹੇ ਇੱਥੇ ਕੈਂਪ ਸੀਗਾ ਲੱਗਾ ਅੱਛਾ ਅੱਛਾ ਬੰਗਲੇ ਸਹੀ ਆ ਬੰਗਲੇ ਦੀ ਕੈਂਪ ਲੱਗਾ ਸੀ ਉਹ ਇੱਥੇ ਕੈਂਪ ਦੇ ਵਿੱਚ ਰਹਿ ਕੇ ਮਿਲਟਰੀ ਇਹ ਲੋਕ ਜਿਹੜੇ ਸੀਗੇ ਬਾਸੂ ਹੈ ਨਾ ਹਾਂਜੀ ਜਦੋਂ ਡਰ ਹੋਣੀ ਤਾਂ ਪਿੰਡ ਛੱਡ ਕੇ ਭੱਜ ਜਾਣਾ ਮੈਂ ਕਿਹਾ ਕੁੜੀ ਜਾਵੇ ਅਸੀਂ ਬੜੇ ਬਜ਼ੁਰਗੋ ਤੁਸੀਂ ਸਾਰੇ ਭੈਣ ਭਰਾ ਮਾਂ ਬਾਪ ਦੇ ਨਾਲ ਆਪਣੀ ਜਿਹੜੀ ਪੂਰਾ ਤੁਹਾਡਾ ਟੱਬਰ ਸਹੀ ਸਲਾਮਤ ਪਹੁੰਚ ਗਿਆ ਸਹੀ ਸਹੀ ਤੇ ਰਾਸਤੇ 'ਚ ਆਉਂਦੇ ਹਮਲੇ ਹੁਮਲੇ ਵੀ ਹੁੰਦੇ ਰਹੇ ਨਹੀਂ ਕੋਈ ਨਹੀਂ ਅੱਛਾ ਅਤੇ ਜਿਹੜੇ ਲਾਦੀਆਂ 'ਚ ਆਏ ਹਾਂ ਨਾ ਹਾਂਜੀ ਉਹ 25-26 ਲਾਦੀਆਂ ਸੀਗੀਆਂ ਹਾਂਜੀ ਅੰਮ੍ਰਿਤਸਰ ਦੇ ਤਾਂ ਜਲੰਧਰ ਦੇ ਨਾ ਮੁਸ਼ਕਾਲੀ ਦਾ ਬਹੁਤ ਜਗ੍ਹਾ ਉਜਾੜ ਜਿਹੀ ਪਈ ਉੱਥੇ ਆਣ ਕੇ ਟਾਇਰ ਪਾੜ ਗਿਆ ਅੱਛਾ ਟਾਇਰ ਜਿਸ ਵੇਲੇ ਪਾੜ ਗਿਆ ਨਾ ਤਾਂ ਉਹ ਫਿਰ ਗੱਡੀ ਵਾਲਾ ਡਰਾਈਵਰ ਜਿਹੜਾ ਉਹ ਟਾਇਰ ਉਹ ਕੋ ਵਾਢੀ ਸੀਗਾ ਉਹ ਚਾਹਣ ਲੱਗ ਪਿਆ ਦੁਨੀਆ ਉੱਤਰ ਕੇ ਜੇ ਪੰਜੇ ਖੜੋ ਗਏ ਅੱਛਾ ਉਹਨੇ ਨਾਗਾ ਸਾਹਿਬ ਆ ਗਿਆ ਪਿੱਛੋਂ ਜੀ ਗੱਡੀ ਲੈ ਕੇ ਉਹਨੇ ਗੱਡੀ ਖੜੀ ਕਰ ਲਈ ਉੱਥੇ ਜਿਸ ਵੇਲੇ ਨਾਗਾ ਸਾਹਿਬ ਆ ਗਿਆ ਤਾਂ ਉਹਨੇ ਟਾਇਰ ਟੂਰ ਚੜਾਇਆ ਹਾਂਜੀ ਦੁਨੀਆ ਮੈਂ ਫਸ ਕੇ ਬੈਠੀ ਸੀਗੀ ਗੱਡੀਆਂ ਦੇ ਵਿੱਚ ਤਾਂ ਸਾਡੇ ਕੋਲ ਬਹਿ ਨਾ ਹੋਇਆ ਇੱਕ ਮੇਰੀ ਭੈਣ ਸੀਗੀ ਮੇਰੇ ਤੋਂ ਵੱਡੀ ਅੱਛਾ ਇੱਕ ਮੈਂ ਇੱਕ ਮੇਰੀ ਮਾਂ ਅਸੀਂ 3 ਜਣੇ ਫਿਰ ਉਹਨਾਂ ਦੇ ਨਾਲ ਬੈਠੇ ਅੱਛਾ ਅਸੀਂ ਫਿਰ ਲਾਹੌਰ ਆਣ ਕੇ ਸਾਰੇ ਇਕੱਠੇ ਹੋਏ ਸਹੀ ਲਾਹੌਰ ਆ ਕੇ ਸਾਰੇ ਇਕੱਠੇ ਹੋਏ ਰਾਹ 'ਚ ਲਾਸ਼ਾਂ ਦੇਖੀਆਂ ਤੁਸੀਂ ਮੁੜੀਆਂ ਵਾਹਵਾ ਮਤਲਬ ਇਸ ਤਰ੍ਹਾਂ ਦੇਖਿਆ ਹੋਣਾ ਤੁਸੀਂ ਹਿਸਾਬ ਕਿਤਾਬ ਅੱਗਾਂ ਲੱਗੀਆਂ ਹੋਈਆਂ ਅੱਗਾਂ ਉਦੋਂ ਇੱਥੇ ਸੀਗੀ ਆਪਣੇ ਅੰਮ੍ਰਿਤਸਰ ਅੱਗ ਲੱਗੀ ਅੱਛਾ ਜਲੰਧਰ ਵੀ ਇੱਕ ਮਹੱਲਾ ਸੜਿਆ ਬਾਹਰ ਬਾਹਰ ਹੀ ਸੜਕ ਬਾਹਰ ਬਾਹਰ ਹੀ ਜਿੱਥੇ ਜਿੱਥੇ ਜਿਹਦਾ ਜਿਹਦਾ ਜ਼ੋਰ ਚੱਲਿਆ ਉਹਨੇ ਚਲਾਇਆ ਆਪਣਾ ਜ਼ੋਰ ਪੂਰਾ ਅਤੇ ਖੈਰ ਗੱਲ ਕਰਨ ਦਾ ਮਕਸਦ ਇਹ ਵੀ ਇਹ ਹਰ ਪਾਸੇ ਪਾਕਿਸਤਾਨ ਵੱਲੋਂ ਵੀ ਇੰਜ ਹੀ ਹੋਈ ਸੀਗੀ ਇਹਨਾਂ ਨੇ ਵੀ ਬਥੇਰਾ ਵੱਢ ਵਡਾਂਗਾ ਕੀਤਾ ਉੱਧਰੋਂ ਵੀ ਬਥੇਰਾ ਵੱਢ ਵਡਾਂਗਾ ਇਹਦੇ ਨਾਲ ਲੋਕਾਂ ਨੇ ਨਹੀਂ ਕੀਤਾ ਅੱਛਾ ਇਹ ਲੁੱਟਮਾਰ ਹੀ ਕਰਦੇ ਰਹੇ ਆ ਇਹ ਜਿਹੜੇ ਅਸੀਂ ਆਏ ਉੱਧਰੋਂ ਅਸੀਂ ਕੀਤਾ ਜੋ ਕੁਛ ਕੀਤਾ ਰਾਜਵੀਰ ਜਿਹਨਾਂ ਨੇ ਕੀਤਾ ਸਹੀ ਅਤੇ 12 ਸਾਲ ਤੁਹਾਡੀ ਉਮਰ ਸੀ ਪੜ੍ਹਦੇ ਪੁੜ੍ਹਦੇ ਵੀ ਰਹੇ ਸਕੂਲ 'ਚ ਤੁਸੀਂ ਨਹੀਂ ਕੋਈ ਨਹੀਂ ਅੱਛਾ ਪੜ੍ਹਨ ਨਹੀਂ ਗਏ ਖੇਤੀ ਬਾਈ ਬੀਜੀ ਕਰਦੇ ਰਹੇ ਬਸ ਬਾਈ ਬੀਜੀ ਏਦਾਂ ਹੀ ਆਪਦਾ ਜ਼ਮੀਨਾਂ ਚੰਗੀਆਂ ਸੀ ਤੁਹਾਡੀਆਂ ਚੱਲਦੀਆਂ ਚੰਗੀਆਂ ਜ਼ਮੀਨਾਂ ਮਾਸ਼ਾ ਅੱਲਾ ਅੱਲਾ ਕਰੇ ਰੋਟੀ ਅੱਲਾ ਦਿੰਦਾ ਹੀ ਬੜੀ ਫਸਲ ਕਿਹੜੀ ਕਿਹੜੀ ਹੁੰਦੀ ਸੀ ਉੱਥੇ ਉੱਥੇ ਮਿਰਚਾਂ ਹੁੰਦੀਆਂ ਜ਼ਿਆਦਾ ਅੱਛਾ ਮਿਰਚਾਂ ਸੁਣਿਆ ਤੁਹਾਡੇ ਪਿੰਡ ਦੀਆਂ ਬਹੁਤ ਮਸ਼ਹੂਰ ਸੀ ਬਹੁਤ ਮਸ਼ਹੂਰ ਅੱਛਾ ਜੀ ਅਤੇ ਹੋਰ ਇਸ ਤੋਂ ਇਲਾਵਾ ਤੁਸੀਂ ਕੋਈ ਵਾਕਿਆ ਸਾਨੂੰ ਸੁਣਾਓ ਕੋਈ ਮਤਲਬ ਉੱਥੇ ਦੇ ਲੋਕਾਂ ਨਾਲ ਤੁਹਾਡਾ ਰਹਿਣ ਸਹਿਣ ਕੈਸਾ ਸੀਗਾ ਉੱਥੇ ਰਹਿਣ ਸਹਿਣ ਦਾ ਉੱਥੇ ਕੋਈ ਡਰ ਕੁੜੀ ਕੋਈ ਨਹੀਂ ਸੀ ਡਰ ਕੋਈ ਨਹੀਂ ਸੀ ਕਿਸੇ ਕਿਸਮ ਦਾ ਕੋਈ ਡਰ ਅਤੇ ਪਿਆਰ ਮੁਹੱਬਤ ਵੀ ਬਹੁਤ ਸੀ ਉਹਨਾਂ ਨਾਲ ਸਹੀ ਅਤੇ ਉਹ ਤਾਂ ਬਾਅਦ 'ਚੋਂ ਫਿਰ ਆ ਤਾਂ ਮੁਲਕੀ ਸਤਹ ਦੇ ਉੱਤੇ ਜਦੋਂ ਐਲਾਨ ਹੋਣੇ ਸ਼ੁਰੂ ਹੋ ਗਏ ਉਦੋਂ ਫਿਰ ਲੜਾਈਆਂ ਝਗੜੇ ਉਦੋਂ ਪੈ ਗਏ ਗਲਤ ਫਹਿਮੀਆਂ ਦੀ ਵਜ੍ਹਾ ਤੋਂ ਅਤੇ ਬਾਕੀ ਤਾਂ ਉਹ ਬਹੁਤ ਸੋਹਣਾ ਸਮਾਂ ਸੀ ਬੜਾ ਚੰਗਾ ਵੇਲਾ ਸੀ ਚੰਗੇ ਲੋਕ ਸੀ ਇੱਜ਼ਤ ਦੇ ਸਾਂਝੀ ਲੋਕ ਸੀਗੇ ਅਤੇ ਹੋਰ ਤੁਸੀਂ ਕੋਈ ਆਪਣੇ ਕੋ ਮੇਲਿਆਂ 'ਤੇ ਗਏ ਹੋਵੋ ਉੱਥੇ ਕੋਈ ਲਾਗੇ ਕਿਸੇ ਬਾਬੇ ਜੀ ਦਾ ਨਾਮ ਜਾਣਦੇ ਹੋਵੋ ਕਿਸੇ ਦਾ ਮਜ਼ਾਰ ਹੋਵੇ ਇਹੋ ਸਹਿਜ ਲਾਗੇ ਸੀਗਾ ਲੱਗਦੇ
ਅੱਛਾ ਜਿੱਥੇ ਤਾਜ਼ੀ ਲੱਗਦੇ ਸੀਗੇ ਸਹੀ ਮੀਆਂਵਾਲ ਇੱਕ ਤਾਂ ਰਾਈਆਂ ਸੀ ਇੱਕ ਮੀਆਂਵਾਲ ਹੋਰ ਵੀ ਸੀਗਾ ਹਾਂ ਨਾਲ ਇੱਕ ਤੁਹਾਡੇ ਮੀਆਂਵਾਲ ਹੋਰ ਵੀ ਸੀ ਮੌਲਵੀਆਂ ਦਾ ਮੌਲਵੀਆਂ ਦਾ ਉਹਦੇ ਬਾਰੇ ਦੱਸੋ ਸਾਨੂੰ ਕੁਛ ਉਹਨਾਂ ਦੇ ਜਾਇਦਾਦ ਵਾਲੇ ਸੀਗੇ ਅੱਛਾ ਪੀਰੀ ਮਰੀਦੀ ਵੀ ਕਰਦੇ ਸਹੀ ਹਾਂਜੀ ਪੀਰੀ ਮਰੀਦੀ ਵੀ ਕਰਦੇ ਚੰਗੇ ਮਤਲਬ ਪੜ੍ਹੇ ਲਿਖੇ ਲੋਕ ਸੀਗੇ ਮੌਲਵੀ ਪਰਹੇਜ਼ਗਾਰ ਟਾਈਪ ਲੋਕ ਸਾਰੇ ਪੂਰਾ ਪਿੰਡ ਉਹਦਾ ਨਿਕਲੇ ਜਿਸ ਵੇਲੇ ਉਦੋਂ ਮੁੜ ਕੇ ਪਾ ਕੇ ਨਿਕਲੇ ਉਹ ਅੱਛਾ ਏਡਾ ਸਾਡਾ ਚੌਰ ਸੀ ਏਡਾ ਨਿਕਲਿਆ ਵੀ ਉਹ ਸ਼ੇਰ ਬਣ ਕੇ ਨਿਕਲਿਆ ਸਹੀ ਹਾਂਜੀ ਠੀਕ ਸਾਡਾ ਚੌਰ ਸੀ ਜਿਹੜਾ ਸੀ ਸ਼ੇਰ ਬਣ ਕੇ ਨਿਕਲਿਆ ਉਹ ਵੀ ਪੂਰਾ ਪਿੰਡ ਮੁਸਲਮਾਨਾਂ ਦਾ ਸੀ ਨਹੀਂ ਉਹ ਥੋੜ੍ਹੇ ਚੰਦ ਘਰ ਸੀਗੇ ਮੌਲਵੀਆਂ ਦੇ ਬਾਕੀ ਸਾਰੇ ਘੁਮਿਆਰ ਸੀਗੇ ਅੱਛਾ ਘੁਮਿਆਰ ਜਿਹੜੀ ਅੱਛਾ ਠੀਕ ਪਰਜਾਪਤ ਸੀਗੇ ਅਤੇ ਬਾਕੀ ਚੌਧਰੀ ਅਸਲਮ ਹੋਣਾ ਦਾ ਕੋਈ ਹੋਰ ਕੋਈ ਵਾਕਿਆ ਕਿਉਂਕਿ ਭਾਈ ਇਕਬਾਲ ਨੇ ਵੀ ਸਾਨੂੰ ਕਿਹਾ ਸੀਗਾ ਕੋਈ ਹੋਰ ਉਹਨਾਂ ਦਾ ਕੋਈ ਵਾਕਿਆ ਐਸਾ ਜਿਹੜਾ ਕੋਈ ਮਤਲਬ ਸਾਨੂੰ ਨਾ ਪਤਾ ਹੋਵੇ ਉਹ ਸ਼ਹਿਰੀ ਕੇ ਬੈਠੇ ਆਪਣੇ ਚੀਚਾ ਤੇਰਾਂ ਚੱਕ 'ਚ ਚੀਚਾ ਵਤਨੀ ਤੇਰਾਂ ਚੱਕ 'ਚ ਠੀਕ ਤੇਰਾਂ ਚੱਕ 'ਚ ਘਰ ਬਹੁਤ ਆ ਠੀਕ ਸ਼ਹਿਰੀਆਂ ਦੇ ਸ਼ਹਿਰੀਆਂ ਦੇ ਵੀ ਸਾਡੇ ਪਿੰਡ ਉੱਥੇ ਬਹੁਤ ਘਰ ਆ ਹਾਂਜੀ ਉੱਥੇ ਤੁਸੀਂ ਹੈ ਨਾ ਉਦੋਂ ਵੱਡੇ ਮਾਲਕ ਆ ਉਹ ਸਾਰੇ ਮੈਂ ਬਹੁਤ ਜਾਂਦਾ ਰਿਹਾ ਉੱਥੇ ਅੱਛਾ ਹਾਂਜੀ ਸਾਡੇ ਉਹ ਸਾਡਾ ਸ਼ਰੀਕਾ ਹੀ ਸੀਗਾ ਸਾਰਾ ਹੀ ਹੁਣ ਜੇ ਕੋਈ ਸੱਦੇ ਤੁਹਾਨੂੰ ਤੇ ਜਾਓਗੇ ਆਪਣਾ ਪਿੰਡ ਦੇਖਣ ਵਾਸਤੇ ਦਿਲ ਕਰਦਾ ਤੁਹਾਡਾ ਹਾਂ ਕਰਦਾ ਅੱਜ ਵੀ ਦਿਲ ਕਰਦਾ ਉੱਥੇ ਆਪਣੇ ਮਤਲਬ ਪਿਛੋਕੜ ਨੂੰ ਜਾ ਕੇ ਦੇਖੀਏ ਉਹਨਾਂ ਨੂੰ ਜਾ ਕੇ ਮਿਲੀਏ ਜਿਹਨਾਂ ਚ ਰਹੇ ਕਿਸੇ ਯਾਰ ਦੋਸਤ ਸਾਡੇ ਉਮਰ ਜੀ ਕੋਈ ਨਹੀਂ ਹੋਣਾ ਤੁਸੀਂ ਨਹੀਂ ਹੋਣਗੇ ਜ਼ਰੂਰ ਹੋਣਗੇ ਤੁਸੀਂ ਹੈਗੇ ਆ ਅੱਲਾ ਖੈਰ ਰੱਖਿਓ ਉੱਧਰ ਵੀ ਕੋਈ ਨਾ ਕੋਈ ਹੋਊਗਾ ਹੀ ਤੁਹਾਡਾ ਹਾਣੀ ਮੈਂ ਇਹ ਜਾਣਨਾ ਚਾਹੁੰਦਾ ਸੀ ਵੀ ਤੁਹਾਨੂੰ ਕੋਈ ਆਪਣੇ ਯਾਰ ਬੇਲੀ ਸੰਗੀਆਂ ਮਿੱਤਰਾਂ ਪਿਆਰਿਆਂ ਦਾ ਕੋਈ ਨਾਮ ਯਾਦ ਹੈ ਉੱਥੇ ਕਿਸੇ ਦਾ ਨਾਮ ਯਾਦ ਹੋਵੇ ਇਹੋ ਸੀਗਾ ਖੈਰੇ ਵਾਲਾ ਸੁਰਿੰਦਰ ਤਰਖਾਨ ਅੱਛਾ ਤਰਖਾਨ ਹਾਂ ਸਾਡੇ ਖੂਹ ਦੇ ਨਾਲ ਖੂਹ ਸੀਗਾ ਉਹਦਾ ਸਾਡੇ ਪਿੰਡ ਤਰਖਾਨਾ ਕੰਮ ਕਰਦਾ ਸੀਗਾ ਅੱਛਾ ਸੱਤ ਪੁੱਟ ਸੀਗੇ ਉਹਦੇ ਠੀਕ ਇਹ ਦੇਖ ਲਾ ਵੀ ਸੱਤਾਂ ਦੇ ਇੱਕ ਬਚਿਆ ਅੱਛਾ ਸੱਤਾਂ ਪੁੱਤਾਂ 'ਚ ਇੱਕ ਬਚਿਆ ਇੱਕ ਬਚਿਆ ਸਾਰੇ ਵੱਡੇ ਸੋਲ੍ਹਾਂ ਸ਼੍ਰੀਆਂ ਦਲਾਨ ਉਹ ਸੁਰਿੰਦਰ ਸਿੰਘ ਦਾ ਸੱਤਾਂ ਪੁੱਤਾਂ ਦੀ ਵੀ ਲਾਲ ਭਤੀਜਿਆਂ ਦੀ ਵੀ ਲਾਲ ਉਹਦੇ ਵਿੱਚ ਸਿੱਟ ਕੇ ਮਿੱਟੀ ਦਾ ਤੇਲ ਹੈ ਨਾ ਇਹ ਉਹਦਾ ਸਾਡਾ ਉਹਦੇ ਨਾਲ ਬਹੁਤ ਤਲਕ ਸੀਗਾ ਸੁਰਿੰਦਰ ਸਿੰਘ ਦੇ ਨਾਲ ਕਿਉਂਕਿ ਤਰਖਾਣਾ ਕੰਮ ਵੀ ਕਰਦਾ ਸੀ ਅਤੇ ਸਾਡੇ ਖੂਹ ਦੇ ਨਾਲ ਖੂਹ ਵੀ ਸੀ ਨੀਲਾ ਭਾਂਜੀ ਵੀ ਸੀਗਾ ਹਾਂਜੀ ਸਾਡੇ ਨੀਲਾ ਹੈ ਨਾ ਭਰਾ ਬਣਿਆ ਧਰਮ ਦਾ ਅੱਛਾ ਹਾਂਜੀ ਸਹੀ ਉਹਦੇ ਹੁਣ ਉਹਨਾਂ ਨੂੰ ਅਸੀਂ ਜਾਣਦੇ ਸੀ ਉਹਨਾਂ ਦੇ ਵਿੱਚ ਕੋਈ ਨਹੀਂ ਹਾਂ ਸਹੀ ਹਰ ਘਰ ਦੀ ਹਰ ਬੰਦੇ ਦੀ ਹਰ ਫਰਦ ਦੀ ਇੱਕ ਆਪਣੀ ਸਟੋਰੀ ਆ ਅਤੇ ਅੱਜ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਸਾਨੂੰ ਇੱਕ ਬੰਦੇ ਨੇ ਸਪੈਸ਼ਲ ਦੱਸ ਪਾਈ ਸੀ ਅਤੇ ਅੱਜ ਅਸੀਂ ਤੁਹਾਨੂੰ ਲੱਭਿਆ ਅਤੇ ਤੁਹਾਨੂੰ ਮਿਲਣ ਆਏ ਅਤੇ ਤੁਹਾਡੇ ਨਾਲ ਕਾਫੀ ਗੱਲਾਂ ਵੀ ਹੋਈਆਂ ਦੱਸਿਆ ਤੁਸੀਂ ਕਿੱਦਾਂ ਆਏ ਕਿੱਦਾਂ ਰਹੇ ਇਸ ਪਿੰਡ ਬਾਰੇ ਤੁਸੀਂ ਥੋੜ੍ਹਾ ਜਿਹਾ ਮੈਨੂੰ ਦੱਸ ਸਕਦੇ ਕਿ ਇਹ ਜਿਸ ਪਿੰਡ 'ਚ ਤੁਸੀਂ ਬੈਠੇ ਹਾਂ ਕਾਲੇ ਕੀ ਹੋਰ ਇਸ ਪਿੰਡ ਦੇ ਵਿੱਚ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਪਿੰਡਾਂ 'ਚ ਉੱਠ ਕੇ ਕੋਈ ਪਤਾ ਹੈ ਜੇਨ ਗੁਰਦਾਸਪੁਰੀ ਬੈਠੇ ਆ ਲੁਧਿਆਣੀਏ ਬੈਠੇ ਆ ਕਿਹੜੇ ਗੁਰਦਾਸਪੁਰੀ ਵੀ ਆ ਜੱਟ ਵੀ ਆ ਰਜਪੂਤ ਵੀ ਆ ਇਹ ਤਾਂ ਬਰਾਦਰੀਆਂ ਹੋ ਗਈਆਂ ਕੋਈ ਪਿੰਡਾਂ ਦਾ ਕੋਈ ਹਵਾਲੇ ਦੇ ਨਾਲ ਤੁਸੀਂ ਜਾਣਦੇ ਹੋ ਕੋਈ ਅੱਛਾ ਚਲੋ ਕੋਈ ਗੱਲ ਨਹੀਂ ਬਸ ਆਪਣੇ ਦਰਸ਼ਕਾਂ ਤੋਂ ਅਸੀਂ ਇਜਾਜ਼ਤ ਚਾਹਵਾਂਗੇ ਬਾਬਾ ਜੀ ਦਾ ਅਸੀਂ ਇੰਟਰਵਿਊ ਕੀਤਾ ਸਾਨੂੰ ਬੜੀ ਖੁਸ਼ੀ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਬਹੁਤ ਸ਼ੁਕਰੀਆ